ਕਾਂਗਰਸ ਦਾ ਧੰਨਵਾਦ ਕਰਦਾ ਮੈਂ। ਕਾਂਗਰਸ ਨੇ ਬਹੁਤ ਸਹੀ ਟਾਈਮ 'ਤੇ ਐਲਾਨ ਕੀਤਾ ਹੈ, ਅਸੀਂ ਪੂਰੀ ਜਿੱਤ ਜਿਹੜੀ ਹੈ ਉਹ ਹਾਸਲ ਕਰਾ ਕੇ ਕਾਂਗਰਸ ਨਹੀਂ। ਮੁੱਦੇ ਦੇਖੋ, ਪੰਜਾਬ ਵਿੱਚ ਪਹਿਲੀ ਗੱਲ ਤਾਂ ਅਸੀਂ ਦੇਸ਼ ਨੂੰ ਬਚਾਉਣਾ। ਦੇਸ਼ ਜੇ ਬਚੇਗਾ ਤਾਂ ਫਿਰ ਅਸੀਂ ਵੀ ਵੱਜ ਜਾਵਾਂਗੇ। ਜੇ ਦੇਸ਼ ਜਿਸ ਤਰ੍ਹਾਂ ਮੋਦੀ ਸਰਕਾਰ ਚੱਲ ਰਹੀ ਹੈ, ਜੇ ਕਿਤੇ ਇਹਨਾਂ ਦੇ ਹੱਥ 'ਚ ਆ ਜਾਂਦੀ ਦੁਬਾਰਾ ਸਰ, ਫਿਰ ਇਹ ਦੇਸ਼ ਨਾ ਬਚਣਾ, ਨਾ ਡੈਮੋਕ੍ਰੇਸੀ ਬਚਣੀ ਹੈ, ਨਾ ਹੀ ਅਸੀਂ ਜਿਹੜਾ ਇੱਥੋਂ ਕਿਸੇ ਨੇ ਤਰੱਕੀ ਕਰਨੀ। ਇਸ ਕਰਕੇ ਪਹਿਲਾ ਸਾਡਾ ਮੁੱਦਾ ਹੈ ਮੋਦੀ ਨੂੰ ਹਟਾਉਣਾ। ਮੋਦੀ ਉਹ ਕੋਈ ਗੱਲ ਨਹੀਂ ਜੀ, ਉਹ ਕੋਈ ਗੱਲ ਕੋਈ ਕੋਈ ਜੇ ਕੋਈ ਵੀ ਲੜ ਸਕਦਾ ਜੀ ਇਲੈਕਸ਼ਨ ਤੋਂ, ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਉਹ ਵੀ ਸਾਡੇ ਭਰਾ ਨੇ, ਕੋਈ ਐਸੀ ਗੱਲ ਨਹੀਂ। ਚਲੋ ਉਹਨਾਂ ਦੇ ਕਈ ਜਾਣ ਜੀ, ਅਸੀਂ ਤਾਂ ਕਹਿੰਦੇ ਬੜੇ ਸਤਿਕਾਰਯੋਗ ਨੇ, ਸਾਡੇ ਭਰਾ ਨੇ, ਅਸੀਂ ਕੋਈ ਚੱਲੇ ਕੋਈ ਕਾਰਤੂਸ ਜੇ ਹੈਗੇ ਆ ਤਾਂ 30 ਸਾਲ ਬਾਅਦ ਵੀ ਲੋਕ ਸਾਨੂੰ ਪਿਆਰ ਕਰ ਰਹੇ, ਉਹ ਤਾਂ ਦੁਨੀਆਂ ਨੇ ਦੱਸਣਾ, ਲੋਕਾਂ ਨੇ ਦੱਸਣਾ।